ਵਾਹਿਗੁਰੂ ਜੀ ਕੀ ਫਤਿਹ। ਅਸੀਂ ਡਿੰਗਲੀਆਂ ਨਗਰ ਨਿਵਾਸੀ ਸਾਰੀ ਸਾਧ ਸੰਗਤ ਗੁਰਦੁਆਰਾ ਪੁੰਗਾ ਸਾਹਿਬ ਦੇ ਹੋਰ ਸਾਰੇ ਉਪ ਪਿੰਡ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਜਿਹੜੀਆਂ ਹਰੇਕ ਸਾਲ 40 ਮੌਕਿਆਂ ਦੀ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟੁੱਟੀ ਗੰਢੀ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ, 40 ਮੌਕਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ, ਹੋਰ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਸਾਹਿਬਜ਼ਾਦੇ ਅਤੇ ਹੋਰ ਸਾਰੇ ਸ਼ਹੀਦ ਦੇ ਮਹਾਰਾਜ ਪ੍ਰਚਾ ਗੁਰੂ ਗੋਬਿੰਦ ਸਿੰਘ ਦੇ ਪੋਹ ਦੇ ਮਹੀਨੇ ਸਾਰਾ ਸਰਬੰਸ ਦਾਨੀ ਮਹਾਰਾਜ ਦੇ ਨਾਲ ਲੈਂਦੇ ਹਾਂ, ਸਾਰਾ ਨਗਰ ਸਾਰੇ ਨੌਜਵਾਨ ਸਾਰੀਆਂ ਮਾਈ ਭਾਈ ਇਕੱਠੇ ਹੋ ਕੇ ਇਹ ਸ਼ਹੀਦਾਂ ਦੇ ਜਿਹੜੇ ਮੁਕਤਸਰ ਦੇ ਵਿੱਚ ਮਹਾਰਾਜ ਨੇ ਫਿਰ ਟੁੱਟੀ ਕੱਢ ਕੇ ਮਹਾਰਾਜ ਨੇ ਆਪਣੇ ਜਿਹੜੇ ਵਿਛੋੜੇ ਪਿਆ ਵਧਾਵਾ ਜਿਨ੍ਹਾਂ ਨੇ ਲਿਖ ਕੇ ਦਿੱਤਾ ਉਹਨਾਂ ਨੂੰ ਆਪਣੇ ਗੱਲ ਨਾਲ ਲਾਇਆ। ਇਹ ਉਹਨਾਂ ਦੀ ਯਾਦ ਦੇ ਵਿੱਚ ਇਹ ਪਾਤਸ਼ਾਹ ਦੀ ਮਹਾਰਾਜ ਦੀ ਉਸ ਕੁਰਬਾਨੀ ਨੂੰ ਮਹਾਰਾਜ ਉਹਦਾ ਸ਼ੁਕਰਾਨਾ ਕਰਦੇ ਹਾਂ। ਇਹ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਵੱਲੋਂ ਸੜਕ ਦੇ ਚਾਹਦੇ ਲੰਗਰ ਹਰੇਕ ਸਾਲ ਲਾਈਦੇ ਆ, ਜਾਣੀ ਕਿ ਵੀ ਸਾਰੀਆਂ ਸੰਗਤਾਂ ਵੱਲੋਂ ਇਹ ਉੱਦਮ ਹੋਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਲਾਏ। ਨਾਲੇ ਜਿਹੜਾ ਦਿੱਲੀ ਵਿੱਚ ਕਿਸਾਨਾਂ ਦਾ ਜਿਹੜਾ ਧਰਨਾ ਚੱਲਦਾ ਪਿਆ ਉਹਦੇ ਵਾਸਤੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਉਹ ਆਪਣੇ ਇਹ ਜੰਗ ਜਿੱਤ ਕੇ ਜਿਹੜੇ ਇਹ ਕਾਨੂੰਨ ਕਾਲੇ ਕਾਨੂੰਨਾਂ ਨੂੰ ਵਾਪਸੀ ਕਰਾ ਕੇ ਇਹ ਸੱਚੇ ਪਾਤਸ਼ਾਹ ਉਹਨਾਂ 'ਤੇ ਸੱਚੇ ਹੱਥ ਰੱਖਣ, ਉਹ ਆਪਣੇ ਸੁੱਖ ਸੁਵਿਧੀ ਘਰੋਂ ਕਰੀ ਆਉਣ ਅਤੇ ਮਹਾਰਾਜ ਇੱਥੇ ਫਤਿਹ ਬਖਸ਼ ਕਰਨੀ ਆ। ਇਹ ਸਾਰਿਆਂ ਦੀ ਸਾਰਿਆਂ ਬੱਚਿਆਂ ਦੀ ਅਰਦਾਸ ਸੁਣਨੀ ਔਰ ਮਿਹਰ ਕਰਨੀ ਹੈ। ਇਹ ਤੇਰੇ ਗੁਰੂ ਨਾਨਕ ਮਹਾਰਾਜ ਜੀ ਸੱਚੇ ਪਾਤਸ਼ਾਹ ਜਿਹੜੇ ਲੰਗਰ ਚੱਲਦੇ ਆ ਇੱਦਾਂ ਹੀ ਚੱਲਦੇ ਰਹਿਣ, ਸੱਚੇ ਪਾਤਸ਼ਾਹ ਇੱਦਾਂ ਹੀ ਸਮਰਥ ਬਖਸ਼ੀ ਹੋਈਆਂ ਪੁੱਲਾਂ ਦੀਆਂ ਮਾਫੀਆਂ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।